सारा शहर घूम के आ जाए इतने आने बहुत सुकून मिलता है। एक बार इतने चाम खा गया ना, वो इन्हों का दीवाना होकर रह गया। उस तो बाद नहीं कोई कितने जाएगा, सीधा इतने ब्रेक ही लाएगा। पार्टी वन चीज मिलती इतने, एक बार अं खाने भी एक बार खा के वेखो अगर फिर बार बार इतने आओगे। लो जी ढांडी मलाई चाम भाजी स्पेशल लगा लगे जी। अच्छा ਜੀ ਸਪੈਸ਼ਲ ਤੇ ਅੰਮ੍ਰਿਤਸਰ ਜੀ ਹਰ ਕਿਤੋਂ ਮਿਲਦੀ ਆ? ਹਾਂਜੀ ਪਰ ਸਾਡੇ ਕੋਲ ਖਾਸ ਸਪੈਸ਼ਲ ਹੈਗੀ ਹੈ ਕਿਉਂਕਿ ਅਸੀਂ ਸਵੀਟ ਕੋਰਨ ਪਾ ਕੇ ਚ ਦੇਈਦੇ ਨੇ। ਪਹਿਲੇ ਮੈਂ ਹਾਊਸਵਾਈਸ ਵੀ ਤੇ ਮੇਰੇ ਹਸਬੰਡ ਨਾਲ ਕੰਮ ਕਰਦੇ ਸੀ ਤੇ ਫਿਰ ਮੈਂ ਵੀ ਇਹਨਾਂ ਨਾਲ ਜੁੜ ਗਈ। ਮੈਨੂੰ ਵੀ ਸ਼ੌਂਕ ਸੀ ਕਿ ਚਲੋ ਮੈਂ ਵੀ ਨਾਲ ਇਹਨਾਂ ਦੇ ਮਿਹਨਤ ਕਰਾਂ। ਚਾਂਪਾ ਦੀ ਕਾਫੀ ਖਾਦੀ ਹੋਣਗੀਆਂ। ਹਾਂਜੀ ਠੀਕ ਹੈ ਪਰ ਤੁਹਾਨੂੰ ਸਪੈਸ਼ਲ ਮਲਾਈ ਚਾਂਪ ਖਵਾਉਣ ਲੱਗੇ ਆਪਾਂ। ਠੀਕ ਹੈ ਜੀ ਅਸੀਂ ਵੀ ਲੋਕਾਂ ਦੀ ਵੀਡੀਓ ਦੇਖੀ ਦੀਆਂ ਨੇ, ਸਾਨੂੰ ਵੀ 7 ਸਾਲ ਦਾ ਐਕਸਪੀਰੀਅੰਸ ਹੈਗਾ ਵਾ ਮਲਾਈ ਚਾਂਪ ਬਣਾਉਂਦਾ। ਠੀਕ ਹੈ ਨਾ ਜੀ ਤੇ ਇਹਦੇ ਵਿੱਚ ਮਤਲਬ ਕਿ ਕੋਈ ਵੀ ਸਪੀਡ ਕੋਣ ਨਹੀਂ ਪਾਗ ਦਿੰਦਾ। ਹਾਂਜੀ ਠੀਕ ਹੈ ਅਸੀਂ ਆ ਵੀ ਸਵੀਟ ਕੋਣ ਪਾ ਕੇ ਦਿੰਨੇ ਆ, ਬਾਕੀ ਹੁਣ ਕਾਪੀ ਕਰਨ ਵਾਲੇ ਵਾਧੂ ਬੈਠੇ ਦੇ ਨੇ ਕਾਪੀ ਕਰ ਸਕਦੇ ਨੇ ਇੱਥੇ। ਕੁਝ ਕਰਕੇ ਦਿਖਾਵਾਂ। ਹਾਂਜੀ ਕਰਕੇ ਤੁਹਾਨੂੰ ਹੁੰਦਾ ਕਿ ਹਾਂਜੀ ਸਾਡਾ ਕੰਮ ਵਧੀਆ ਹੋਵੇ, ਅਸੀਂ ਵੀ ਪੈਸੇ ਕਮਾਈਏ। ਬਾਕੀ ਚਾਂਪਾਂ ਦਾ ਹਰ ਕੋਈ ਬਣਾਉਂਦਾ ਵਾ। ਹਾਂਜੀ ਪਰ ਸਾਡੀ ਚਾਂਪ ਇੱਕ ਵਾਰੀ ਟੇਸਟ ਕਰਕੇ ਦੇਖੋ। ਹਾਂਜੀ ਵਧੀਆ ਲੱਗੇ ਤੇ ਪੈਸਾ ਦੇਣਾ, ਜੇ ਨਹੀਂ ਵਧੀਆ ਲੱਗੇਗਾ ਬੇਸ਼ੱਕ ਪੈਸਾ ਨਾ ਦੇਣਾ, ਪਰ ਟੇਸਟ ਜ਼ਰੂਰ ਕਰਕੇ ਜਾਓ ਸਾਡੀ ਚਾਂਪ। ਸਾਡੀ ਦੀਦੀ ਚਾਂਪਾਂ ਵਾਧੂ ਜਿਹਨੇ ਦੇਈਦੀ। ਹਾਂਜੀ ਸਾਡੀ ਚਾਂਪ ਵਿੱਚ ਆ ਵੇਖੀ ਅਸੀਂ ਵਧੀਆ ਬਣਾ ਕੇ ਦੇਈਦੀ ਹੈ, ਵਧੀਆ ਪਕਾ ਕੇ ਦੇਈਦੀ ਹੈ, ਇੱਕ ਸਪੈਸ਼ਲ ਸਵੀਟ ਕੋਨ ਪਾ ਕੇ ਦੇਈਦੇ ਨੇ। ਹਾਂਜੀ ਸਵੀਟ ਕੋਨ ਵਾਲੀ ਚਾਂਪ ਕਹਿ ਸਕਦੇ ਆ। ਹਾਂਜੀ ਸਵੀਟ ਕੋਨ ਵਾਲੀ ਸਪੈਸ਼ਲ, ਕਾਪੀ ਕਰਨ ਵਾਲੇ ਬਾਕੀ ਵਾਧੂ ਬੈਠੇ ਦੇ ਨੇ ਇੱਥੇ। ਬਾਕੀ ਅਸੀਂ ਖੁਦ ਕੀ ਕਹਿਣਾ ਤੁਹਾਨੂੰ, ਬਾਕੀ ਕਸਟਮਰ ਖਲੋਤੇ ਨੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਜੇ ਆਣਗੀ ਕੀ ਤੁਹਾਡੀ ਦੀਦੀ ਚਾਂਪਾਂ ਦੀ। ਹਾਂਜੀ ਚਾਂਪ ਤੇ ਤੁਸੀਂ ਬੜੀ ਦੇਰ ਦਾ ਖਾਦੀ ਹੋਏ ਜੀ, ਪਰ ਇਸ ਅੰਮ੍ਰਿਤਸਰ ਵਿੱਚੋਂ ਸਪੈਸ਼ਲ ਸਾਡੀ ਚਾਂਪ ਹੈਗੀ ਜੀ। ਕੀ ਕੀ ਹੁੰਦਾ ਦੀਦੀ ਤੁਹਾਡੇ ਕੋਲ ਬੜੀਆਂ? ਤੁਸੀਂ ਰੋਟੀਆਂ ਤੈ ਲਾ ਲਾ ਕੇ ਰੱਖੀ ਜਾਂਦੇ ਫਟਾਫਟ। ਸਾਡੇ ਕੋਲ ਮਲਾਈ ਚਾਂਪ ਹੁੰਦੀ ਜੀ। ਹਾਂਜੀ ਹਰਿਆਲੀ ਚਾਂਪ ਹੁੰਦੀ ਜੀ। ਜੀ ਅਚਾਰੀ ਚਾਂਪ ਹੁੰਦੀ ਜੀ। ਜੀ ਤੇ ਰੋਸਟਰ ਚਾਂਪ ਹੁੰਦੀ ਜੀ। ਅੱਛਾ ਜੀ ਪਨੀਰ ਟਿੱਕਾ ਜੀ, ਮਸ਼ਰੂਮ। ਬਸ ਉਦਾਂ ਹੀ ਪ੍ਰਾਈਵੇਟ ਜੌਬ ਕਰਦੇ ਸੀ ਤੇ ਸ਼ੌਂਕ ਸੀ ਖੁਦ ਦਾ ਕੰਮ ਕਰੀ ਆਪਾਂ, ਆਪਣਾ ਆਪਣਾ ਵੀ ਕੋਈ ਕੰਮ ਹੋਣਾ ਚਾਹੀਦਾ ਵਾ। ਦੀਦੀ ਚਾਂਪ ਤੇ ਹਰ ਜਗ੍ਹਾ ਮਿਲਦੀ ਹੈ, ਹਰ ਕਿਸੇ ਕੋਲ ਮਿਲਦੀ ਹੈ। ਸਰ ਸਾਡੇ ਕੋਲ ਆ ਖਾਸੀਅਤ ਹੈਗੀ ਹੈ ਕਿ ਅਸੀਂ ਜਿਹੜੀ ਚਾਂਪ ਹੈ ਨਾ ਵਧੀਆ ਤਰ੍ਹਾਂ ਪਕਾ ਕੇ ਦੇਈ ਦੇਈਏ, ਅੱਛੀ ਤਰ੍ਹਾਂ ਪਕਾ ਕੇ ਦੇਈ ਦੇ, ਬਰੌਨ ਕਰਕੇ ਦੇਈ ਦੇ, ਕਿਤੋਂ ਵੀ ਕੱਚੀ ਨਾ ਰਹੇ। ਦੀਦੀ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾਏ ਹੁੰਦੇ ਆ? ਲੋਕਾਂ ਨੇ ਕੋਈ ਸੀਕ੍ਰੀਟ ਮਸਾਲੇ ਪਾਏ ਹੁੰਦੇ ਆ? ਹਾਂਜੀ ਅਸੀਂ ਆਪਣੇ ਪਸਵਾਏ ਹੋਏ ਮਸਾਲੇ ਯੂਜ਼ ਕਰੀ ਦੇ ਨੇ, ਅੱਜ ਸਭ ਤੋਂ ਵਧੀਆ ਹਰ ਇੱਕ ਚੀਜ਼ ਲਗਾਈ ਦੀ ਅਰਚ ਅਰਚ ਲਸਣ ਅਦਰਕ ਦੀ ਪੇਸਟ ਪਾਈ ਦੀ ਹੈ ਜੀ, ਦਹੀਂ ਵਗੈਰਾ ਲਾਈਦਾ, ਮਸਾਲੇ ਲਾਈਦੇ ਨੇ ਵਧੀਆ, ਜੋ ਕੋਈ ਖਾਵੇ ਆਪੇ ਅਸੀਂ ਆਪ ਵੀ ਖਾਈਏ ਤੇ ਲੋਕ ਵੀ ਖਾਣ, ਕੋਈ ਨੁਕਸਾਨ ਸਾਈਡ ਇਫੈਕਟ ਨਾ ਹੋਵੇ। ਆਪਕੋ ਮਲਾਈ ਚਾਂਪ ਤਿਆਰ ਹੋ ਗਈ ਜੀ। ਦੀਦੀ ਤੁਸੀਂ ਹਸਬੰਡ ਵਾਈਫ ਹੀ ਦੋਨੇ ਕੰਮ ਕਰਦੇ ਹੋ? ਹਾਂਜੀ ਸਾਡੇ ਸਵੀਟ ਕੋਨ ਸਵੀਟ ਕੋਨ ਵੀ ਆਣਗੇ। ਹਾਂਜੀ ਵਾਹ ਜੀ ਵਾਹ, ਆ ਸਾਡਾ ਸੀਕ੍ਰੀਟ ਮਸਾਲਾ ਸਪੈਸ਼ਲ ਆਪ ਸਵਾਈ ਦਾ ਹੈ। ਦੱਸਣਾ ਨਹੀਂ ਸੀਕ੍ਰੀਟ ਦਾ ਕੀ ਰਾਜ ਹੁੰਦਾ? ਨਹੀਂ ਆਹੀ ਤੇ ਰਾਜ ਹੈ। ਅੱਛਾ ਹਾਂਜੀ ਇਹ ਬਟਰ ਹੁੰਦਾ ਜੀ, ਬਟਰ ਆ ਗਿਆ। ਹਾਂਜੀ ਮਲਾਈ ਮਲਾਈ ਆ ਗਈ। ਹਾਂਜੀ ਜੀ ਅਗਰ ਟਾਈਮਿੰਗ ਦੀ ਗੱਲ ਕਰ ਲਈਤੀ ਜਾਵੇ ਤੇ? ਹਾਂਜੀ ਸਾਡੀ ਟਾਈਮਿੰਗ ਹੈਗੀ 5 ਤੋਂ 11 ਵਜੇ ਤੱਕ ਜੀ। ਹੁਣ ਇਹਨੂੰ ਆਪਾਂ ਉਤੋਂ ਲਾਇਆ ਨਾ ਆਪਾਂ, ਹਾਂਜੀ ਰੋਸਟ ਕਰਕੇ ਇਹਨੂੰ ਆਪਾਂ ਫਿਰ ਦੁਬਾਰਾ ਤੋਂ ਗਰਮ ਕਰਕੇ ਤੇ ਫੇਰ ਆਪਾਂ ਗਾਗ ਨੂੰ ਇਹ ਪੁਦੀਨੇ ਦੀ ਤੇ ਦਹੀਂ ਦੀ ਚਟਨੀ ਹੁੰਦੀ ਹੈ, ਇਹਦੇ ਚ ਕੋਈ ਵੀ ਮਿਲਾਵਟ ਨਹੀਂ ਹੈਗੀ, ਖਾਸ ਕਰਕੇ ਦਹੀਂ ਦੀ ਹੈ। ਬੜੀ ਜ਼ਬਰਦਸਤ ਲੱਗਦੀ ਵੀ ਚਟਨੀ ਦੀਦੀ। ਹਾਂਜੀ ਆ ਹੁਣ ਤੁਹਾਡੀ ਚਾਂਪ ਤਿਆਰ ਹੋ ਗਈ ਜੇ, ਗਰਮ ਹੋ ਗਈ ਜੇ, ਹੁਣ ਆਪਾਂ ਨੂੰ ਸਰਵ ਕਰ ਲਾਂਗੇ। ਠੀਕ ਹੈ ਫਿਰ ਉੱਤੋਂ ਕਰੀਮ ਆ ਜੀ। ਹਾਂਜੀ ਇਹ ਸਾਡਾ ਪਿਆਰ ਹੁੰਦਾ ਹੈ, ਫਿਰ ਤੇ ਗਾਹ ਨੇ ਕਿਤੇ ਨਹੀਂ ਜਾਣਾ। ਹਾਂਜੀ ਜਿਹੜਾ ਇੱਕ ਵਾਰੀ ਖਾਏਗਾ ਨਾ ਉਹ ਦੁਬਾਰਾ ਇੱਥੇ ਹੀ ਆਏਗਾ। ਤੇਰਾ ਪ੍ਰਾਈਸ ਕਿੰਨਾ ਹੈਗਾ? ਇਹ 50 ਰੁਪਏ। ਕਿਸੇ ਨੇ ਖਾਣੀ ਹੋਈ ਆਪਣਾ ਐਡਰੈਸ ਕੀ ਹੈਗਾ? ਨਾਈਆਂ ਦਾ ਮੋੜ ਸਬਜ਼ੀ ਮੰਡੀ ਡੈਮਗੰਜ ਤੇ KGF ਚਾਂਪ ਵਾਲੇ।